ਕੇ ਬੜਾ ਹਾਲ ਪਾਰਿਆ ਕੀਤਾ ਜਾ ਰਿਹਾ ਤੇ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ। ਕਦੇ ਉਹ ਕਹਿੰਦੇ ਆ ਜੇ ਕਿਸੇ ਸਿੱਖ ਦੇ ਘਰ ਰੋਟੀ ਖਾ ਲਈ ਜਾਂ ਰਾਤ ਕੱਟ ਲਈ ਤੇ ਕਹਿੰਦੇ ਕੇਜਰੀਵਾਲ ਅੱਤਵਾਦੀ ਹੈ, ਖਾੜਕਵਾਦ ਨੂੰ ਬੜਾਵਾ ਦੇ ਰਿਹਾ, ਕੇਜਰੀਵਾਲ ਅੱਤਵਾਦੀ ਹੈ। ਜੇ ਕਦੇ ਉਹ ਕਿਸੇ ਹਿੰਦੂ ਦੇ ਘਰ ਠਹਿਰ ਜਾਂਦਾ ਰੋਟੀ ਖਾ ਲੈਂਦਾ ਤੇ ਕਹਿੰਦੇ ਇਹ RSS ਦਾ ਬੰਦਾ। ਜੇ ਕਿਸੇ ਮੁਸਲਮਾਨ ਭਰਾ ਨਾਲ ਹੱਥ ਮਿਲਾ ਲੈਂਦਾ ਤੇ ਕਹਿੰਦੇ ਕਸ਼ਮੀਰੀ ਅੱਤਵਾਦ ਲਿਆਊਗਾ ਪੰਜਾਬ ਵਿੱਚ। ਬੜੀ ਗੰਦੀ ਰਾਜਨੀਤੀ। ਕੇਜਰੀਵਾਲ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਮੈਂ ਇਹ ਨਹੀਂ ਕਹਿਣਾ ਚਾਹੁੰਦਾ, ਮੈਂ ਸਿਰਫ ਇਹ ਦੱਸਣਾ ਚਾਹੁੰਦਾ ਕਿੰਨੀ ਗੰਦੀ ਰਾਜਨੀਤੀ ਹੋ ਰਹੀ ਹੈ, ਡਰਟੀ ਪੋਲੀਟਿਕਸ ਹੋ ਰਹੀ ਹੈ ਬਾਦਲਾਂ ਦੇ ਵੱਲੋਂ। ਉਹਨਾਂ ਦੇ ਪਦ ਚਿੰਨ੍ਹਾਂ 'ਤੇ ਚੱਲਦਿਆਂ ਹੀ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਭਾਈ ਜਸਵੀਰ ਸਿੰਘ ਰੋਡੇ ਜਿਨ੍ਹਾਂ ਨੇ ਅਕਾਲੀ ਦਲ ਦੀ ਮਦਦ ਕੀਤੀ 100 ਵਾਰੀ ਕਰਨ, ਪਰ ਨਿੱਜੀ ਤੌਰ 'ਤੇ ਜੋ ਉਹਨਾਂ ਨੇ ਬਿਆਨ ਦਿੱਤਾ ਕਿ ਦਮਦਮੀ ਟਕਸਾਲ ਬਾਦਲਾਂ ਦੀ ਮਦਦ ਕਰਦੀ ਹੈ ਜਾਂ ਸੰਤ ਸਮਾਜ ਬਾਦਲਾਂ ਦੀ ਮਦਦ ਕਰਦਾ, ਅਤੇ ਕਿੰਨੇ ਸੰਤ ਮਹਾਂਪੁਰਸ਼ਾਂ ਦਾ ਬਿਆਨ ਆ ਚੁੱਕਿਆ ਕਿ ਅਸੀਂ ਮਦਦ ਨਹੀਂ ਕਰਦੇ। ਮੈਂ ਇਹੀ ਕਿਹਾ ਸੀ ਬਾਬਾ ਹਰਨਾਮ ਸਿੰਘ ਨਿੱਜੀ ਤੌਰ 'ਤੇ ਮਦਦ ਕਰਨ 100 ਵਾਰ ਕਰਨ, ਪਰ ਦਮਦਮੀ ਟਕਸਾਲ ਬਾਦਲਾਂ ਦੀ ਮਦਦ ਕਰਨੀ ਇਹ ਨਹੀਂ। ਅਸੀਂ ਹਜ਼ਾਰਾਂ ਵਿਦਿਆਰਥੀ ਲੱਖਾਂ ਵਿਦਿਆਰਥੀ ਦਮਦਮੀ ਟਕਸਾਲ ਦੇ ਦੁਨੀਆਂ ਵਿੱਚ ਫੈਲੇ ਹੋਏ ਬਾਦਲਾਂ ਦੀ ਮਦਦ ਨਹੀਂ ਕਰਦੇ। 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੇ ਬਾਦਲਾਂ ਦੇ ਬਾਰੇ ਬੋਲ ਆ ਅੱਜ ਵੀ ਸੁਣ ਸਕਦੀਆਂ ਨੇ ਸੰਗਤਾਂ। ਦਮਦਮੀ ਟਕਸਾਲ ਦੇ ਬਾਬਾ ਠਾਕੁਰ ਸਿੰਘ ਜੀ ਜਿਨ੍ਹਾਂ ਨੇ 20 ਸਾਲ ਦਮਦਮੀ ਟਕਸਾਲ ਦੇ ਵਿੱਚ ਬਾਦਲਾਂ ਨੂੰ ਖੰਗਣ ਨਹੀਂ ਦਿੱਤਾ, ਮਹਿਤਾ ਚੌਂਕ ਹੈੱਡਕੁਆਰਟਰ। ਅੱਜ ਬਾਬਾ ਹਰਨਾਮ ਸਿੰਘ ਨਿੱਜੀ ਤੌਰ 'ਤੇ ਉਹਨਾਂ ਦੀ ਮਦਦ ਕਰਨੀ 100 ਵਾਰੀ ਕਰਨ ਬਾਦਲਾਂ ਦੀ, ਪਰ ਉਹ ਦਮਦਮੀ ਟਕਸਾਲ ਜਾਂ ਸੰਤ ਸਮਾਜ ਵੱਲੋਂ ਮਦਦ ਦੀ ਗੱਲ ਨਹੀਂ ਕਰ ਸਕਦੇ। ਉਹਨਾਂ ਨੇ ਇਸ ਬਿਆਨ ਤੋਂ ਦੁਖੀ ਹੋ ਕੇ ਗੰਦੀ ਰਾਜਨੀਤੀ ਖੇਡਦਿਆਂ ਭਾਈ ਜਸਵੀਰ ਸਿੰਘ ਰੋਡੇ ਦੀ ਅਖਬਾਰ ਜਲੰਧਰ ਤੋਂ ਸ਼ਬਦੀ ਅੱਜ ਦੀ ਆਵਾਜ਼ ਉਹਦੇ ਵਿੱਚ ਗਲਤ ਬਿਆਨ ਅੱਜ ਜਾਰੀ ਕੀਤਾ ਕਿ ਭਾਈ ਦਾਦੂਵਾਲ ਨੇ ਪਾਸਾ ਪਲਟਿਆ, ਜਦੋਂ ਕਿ ਜਿਹੜੀ ਵੀਡੀਓ ਦਾ ਉਹਨਾਂ ਨੇ ਜ਼ਿਕਰ ਕੀਤਾ ਉਹ 2 ਸਾਲ ਪੁਰਾਣੀ ਹੈ, ਨਿਊਜ਼ੀਲੈਂਡ ਦੇ ਵਿੱਚ ਔਰ MP ਇਲੈਕਸ਼ਨ ਵੇਲੇ ਦੀ ਹੈ, ਲੋਕ ਸਭਾ ਇਲੈਕਸ਼ਨ ਵੇਲੇ ਦੀ ਆ, ਜਦੋਂ ਨਾ ਸਰਬੱਤ ਖਾਲਸਾ ਹੋਇਆ ਸੀ ਨਾ ਦਾਸ ਨੂੰ ਸਰਬੱਤ ਖਾਲਸਾ ਜਦ ਤੱਕ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਜਿਸ ਵੇਲੇ, ਉਸ ਵੇਲੇ ਦੀ ਆ ਉਹ 2 ਸਾਲ ਦੀ ਪੁਰਾਣੀ ਵੀਡੀਓ ਨੂੰ ਵਾਇਰਲ ਕਰਕੇ ਗੰਦੀ ਰਾਜਨੀਤੀ ਖੇਡਣ ਦੀ ਕੋਸ਼ਿਸ਼ ਕੀਤੀ, ਸੰਗਤਾਂ 'ਚ ਦੁਬਧਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਸੱਦਾ ਕੱਲ੍ਹ ਵੀ ਦਿੱਤਾ ਸੀ, ਅੱਜ ਵੀ ਦਿੰਦੇ ਹਾਂ ਕਿ ਬਾਦਲ ਭਜਾਓ, ਪੰਥ ਪੰਜਾਬ ਬਚਾਓ, ਪਰ ਜਿਹੜੀ ਉਹ 2 ਸਾਲ ਪੁਰਾਣੀ ਵੀਡੀਓ ਸੰਗਤਾਂ ਉਹਨੂੰ ਸਰਵਣ ਕਰਨ, ਉਹ ਲੋਕ ਸਭਾ ਇਲੈਕਸ਼ਨ ਦੀ ਹੈ, ਜਿਸ ਵੇਲੇ ਮੈਂ 13 ਸੀਟਾਂ ਦੇ ਵਿੱਚੋਂ ਕਿਹਾ ਸੀ 11 ਸੀਟਾਂ 'ਤੇ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਜਾਵੇ, ਖਡੂਰ ਸਾਹਿਬ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਮਦਦ ਕੀਤੀ ਜਾਵੇ, ਔਰ ਇਸੇ ਤਰ੍ਹਾਂ ਪਟਿਆਲਾ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਦੀ ਮਦਦ ਕੀਤੀ ਜਾਵੇ, ਉਹ MP ਇਲੈਕਸ਼ਨ ਲੜ ਰਹੇ ਸੀ। ਸੋ ਇਹ 2 ਸਾਲ ਪੁਰਾਣੀ ਵੀਡੀਓ ਨੂੰ ਵਾਇਰਲ ਕਰਕੇ ਗੰਦੀ ਰਾਜਨੀਤੀ ਖੇਡਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ, ਕਿਉਂਕਿ ਅਖਬਾਰ ਦੇ ਵਿੱਚ ਕਿਸੇ ਪੱਤਰਕਾਰ ਦਾ ਨਾਂ ਨਹੀਂ ਹੈ। ਤੁਸੀਂ ਸੰਗਤਾਂ ਦੇਖ ਸਕਦੇ ਹੋ ਕਿ ਸਿੱਧੇ ਤੌਰ 'ਤੇ ਇਹਦੇ ਵਾਸਤੇ ਭਾਈ ਜਸਵੀਰ ਸਿੰਘ ਰੋਡੇ ਜ਼ਿੰਮੇਵਾਰ ਆ ਜਿਨ੍ਹਾਂ ਨੇ ਬਾਬਾ ਹਰਨਾਮ ਸਿੰਘ ਦੇ ਇਸ਼ਾਰੇ 'ਤੇ ਕੰਮ ਕੀਤਾ, ਪਰ ਇਹ ਬਹੁਤ ਗਲਤ ਰਾਜਨੀਤੀ ਆ। ਸੰਗਤਾਂ ਜ਼ਰੂਰ ਇਸ ਦਾ ਨੋਟਿਸ ਲੈਣ, ਔਰ ਮੇਰੀ ਬੇਨਤੀ ਜਿਹੜੀ ਆ ਸਿੱਖ ਸੰਗਤਾਂ ਦੇ ਚਰਨਾਂ 'ਚ ਜ਼ਰੂਰ ਸਵੀਕਾਰਨ। ਪੰਜਾਬ ਦੇ ਵਾਸੀਆਂ ਨੂੰ ਮੈਂ ਖਾਸ ਕਰਕੇ ਬੇਨਤੀ ਕਰੂੰ, 1 ਦਿਨ ਦਾ ਸਮਾਂ ਬਾਕੀ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ 'ਤੇ ਹੋਈ ਪੰਜਾਬ 'ਚ ਬੇਅਦਬੀ, ਬੇਕਸੂਰ ਸਿੱਖਾਂ ਨੂੰ ਗੋਲੀਆਂ ਮਾਰ ਕੇ ਜਿਵੇਂ ਬਾਦਲਾਂ ਨੇ ਸ਼ਹੀਦ ਕੀਤਾ ਅਤੇ ਇਨਸਾਫ ਕੋਈ ਨਹੀਂ ਦਿੱਤਾ, ਇਸ ਦਾ ਹੁਣ ਸਹੀ ਵਕਤ ਆ, ਸਹੀ ਸਮਾਂ ਇਹਨਾਂ ਨੂੰ ਸਬਕ ਸਿਖਾਉਣ ਦਾ। ਔਰ ਜਿਸ ਤਰੀਕੇ ਦੇ ਨਾਲ ਇਹ ਕੱਲ੍ਹ ਡੇਰੇ ਸਿਰਸੇ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਪੈਰਾਂ 'ਚ ਜਾ ਕੇ ਬੈਠੇ ਆ, ਉਹਦੇ ਚੇਲਿਆਂ 'ਚ, ਅਤੇ ਉਹਦੀ ਪੰਜਾਬ ਦੇ ਵਿੱਚ ਜਿਹਨੂੰ 9 ਸਾਲ ਹੋ ਗਏ ਪੈਰ ਨਹੀਂ ਪਾ ਸਕਿਆ, ਇਹਨਾਂ ਨੇ ਕਿਹਾ ਸਾਡੀ ਸਰਕਾਰ ਬਣਾਓ ਅਤੇ ਅਸੀਂ ਉਹਦੀਆਂ ਸੰਗਤਾਂ ਉਹਨੂੰ ਖੁਦ ਪੰਜਾਬ 'ਚ ਲੈ ਕੇ ਆਵਾਂਗੇ। ਕੱਲ੍ਹ ਬਠਿੰਡਾ ਦੇ ਵਿੱਚ ਇਹ ਐਲਾਨ ਹੋਇਆ, ਅੱਜ ਦੀਆਂ ਸਾਰੀਆਂ ਅਖਬਾਰਾਂ 'ਚ ਛਪਿਆ। ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਨੀ ਚਾਹੂੰਗਾ, ਗੁਰੂ ਨੂੰ ਮੰਨਣ ਵਾਲਿਆਂ ਨੂੰ ਅਤੇ ਗੈਰ ਸਿੱਖਾਂ ਨੂੰ ਵੀ, ਜਿਹੜੇ ਕਿ ਸੌਦਾ ਸਾਧ ਦੀਆਂ ਜੋ ਗਤੀਵਿਧੀਆਂ ਚੱਲ ਰਹੀਆਂ ਉਹਦੇ ਤੋਂ ਜਾਣੂ ਆ ਕਿ ਕੀ ਤੁਸੀਂ ਅਕਾਲੀ BJP ਦੀ ਸਰਕਾਰ ਬਣਾ ਕੇ ਇੱਥੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਗੂ ਲਾਉਣਾ ਚਾਹੁੰਦੇ ਆ, ਕਿੰਨੀ ਅਮਨ ਸ਼ਾਂਤੀ ਰਹੀ ਉਸ ਦੇ ਇੱਥੇ ਪੰਜਾਬ ਵਿੱਚ ਨਾ ਆਉਣ ਕਰਕੇ। ਸੋ ਜਿਹੜੇ ਬਾਦਲ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ ਅਤੇ ਅੱਜ ਡੇਰੇ ਵਾਲੇ ਦੇ ਪੈਰਾਂ 'ਚ ਬੈਠੇ, ਉਹਨਾਂ ਨੂੰ ਸਬਕ ਸਿਖਾਉਣ ਦਾ ਸਹੀ ਸਮਾਂ ਵਾ। ਸਿੱਖ ਸੰਗਤਾਂ ਨੂੰ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਆ ਕਿ ਬਾਦਲ ਭਜਾਓ, ਪੰਥ ਬਚਾਓ ਬਚਾਓ, ਅਤੇ ਆ ਜਿਹੜੀ ਗੰਦੀ ਰਾਜਨੀਤੀ ਕਰ ਰਹੇ ਆ ਇਹਨਾਂ ਨੂੰ, ਇਹ ਧਾਰਮਿਕ ਸ਼ਖਸੀਅਤਾਂ ਨੇ, ਇਹਨਾਂ ਨੂੰ ਇਹੋ ਜਿਹੀ ਗੰਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਬਾਬਾ ਹਰਨਾਮ ਸਿੰਘ ਧੁੰਮਾ, ਭਾਈ ਜਸਵੀਰ ਸਿੰਘ ਰੋਡੇ ਇਹੋ ਜਿਹੀ ਗਲਤ ਖਬਰ ਲਵਾ ਕੇ ਆਪਣੀ ਅਖਬਾਰ, ਨਿੱਜੀ ਅਖਬਾਰ ਦੇ ਵਿੱਚ ਇਸਦਾ ਜ਼ਰੂਰ ਇਹਨਾਂ ਨੂੰ ਪਛਤਾਪ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।